ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਬਿਹਤਰੀਨ ਕਲਾਕਾਰ ਤੁਹਾਡੇ ਰੂਬਰੂ ਕਰਦੇ ਰਹੀਏ। ਅੱਜ ਇਸੇ ਲੜੀ ਦੇ ਅਧੀਨ ਉਸ ਕਲਾਕਾਰ ਨੂੰ, ਉਸ ਫਨਕਾਰ ਨੂੰ ਤੁਹਾਡੇ ਰੂਬਰੂ ਕਰਨ ਦਾ ਪ੍ਰਾਈਮ ਏਸ਼ੀਆ ਮਾਣ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਮੁੱਦਤ ਤੋਂ ਸ਼ਿੱਦਤ ਦੇ ਨਾਲ ਉਡੀਕ ਰਹੇ ਸੀ। ਉਹ ਗਾਉਂਦੇ ਨੇ, ਰੱਬੀ ਰੰਗ ਵਿੱਚ ਆਪਣੇ ਆਪ ਨੂੰ ਗਾਉਂਦੇ ਨੇ। ਉਹ ਲੱਗਦੇ ਨੇ ਜਿਵੇਂ ਕੋਈ ਮਸਤ ਜਾਂ ਮਸਤਾਨਾ ਯੋਗੀ ਗਾ ਰਿਹਾ ਹੋਵੇ। ਉਹ ਸੂਫੀ ਕਲਾਕਾਰ ਨੇ, ਬਹੁਤ ਸਾਰੇ ਲੋਕ ਉਹਨਾਂ ਦੀ ਕਾਪੀ ਕਰ ਕਰਕੇ ਅੱਜ ਹਿੱਟ ਹੁੰਦੇ ਜਾ ਰਹੇ ਨੇ। ਜਦੋਂ ਉਹਨਾਂ ਨੂੰ ਪਹਿਲੀ ਵਾਰ ਯੂਟਿਊਬ ਦੇ ਉੱਤੇ ਮੈਂ ਸੁਣਿਆ, ਦਿਲ ਕਰਦਾ ਸੀ ਕਿ ਕਿਸੇ ਦਿਨ ਇਹ ਮਿਲਣ ਅਤੇ ਇਹਨਾਂ ਦੇ ਨਾਲ ਬੈਠ ਕੇ ਘੰਟਿਆਂ ਬੱਧੀ ਗੱਲਾਂ ਬਾਤਾਂ ਕੀਤੀਆਂ ਜਾਣ। ਅੱਜ ਭਾਵੇਂ ਬਹੁਤੇ ਘੰਟੇ ਤਾਂ ਨਹੀਂ, ਸਿਰਫ ਇੱਕ ਘੰਟੇ ਦਾ ਟਾਈਮ ਫਰੇਮ ਸਾਡੇ ਕੋਲ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਉਸ ਫਨਕਾਰ ਨੂੰ ਤੁਹਾਡੇ ਰੂਬਰੂ ਕਰੀਏ। ਕਹਿੰਦਾ, ਜੇ ਆਪ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ। ਸੂਫੀ ਰੰਗ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਗੀਤ ਗਾਏ ਨੇ। ਕਦੇ ਤੂੰਬੇ ਦੀਆਂ ਗੱਲਾਂ ਕੀਤੀਆਂ, ਕਦੇ ਅੱਲਾਹੂ ਅੱਲਾਹੂ ਤੂੰਬਾ ਕਹਿੰਦਾ ਹੈ। ਬਹੁਤ ਸਾਰੇ ਗੀਤ ਨੇ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਤੁਹਾਡੇ ਉਸ ਚਹੇਤੇ ਫਨਕਾਰ ਨੂੰ ਜਿਸ ਨੂੰ ਪਿਆਰ ਅਦਬ ਅਤੇ ਸਤਿਕਾਰ ਦੇ ਨਾਲ ਲੋਕ ਸੁਣਨਾ ਪਸੰਦ ਕਰਦੇ ਨੇ। ਉਹ ਨੇ ਸਾਈਂ ਜ਼ਹੂਰ। ਸਾਈਂ ਜੀ, ਜੀ ਹਾਂ ਜੀ, ਬਿਸਮਿਲ੍ਲਾ ਸਰਕਾਰ, ਸਤਿ ਸ੍ਰੀ ਅਕਾਲ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਅਸਲਾਮੁਅਲੈਕੁਮ। ਅਸਲਾਮੁਅਲੈਕੁਮ ਜੀ। ਅਤੇ ਆਪਦੀ ਬਹੁਤ ਬਹੁਤ ਮਿਹਰਬਾਨੀ ਹੈ, ਆਪਨੇ ਦਰਵੇਸ਼ ਨੂੰ ਆਜ਼ਾਦ ਕੀਤਾ ਹੈ, ਹਮ ਹਾਜ਼ਰ ਹੋ ਗਏ ਹਾਂ। ਸਾਈਂ ਜੀ, ਤੁਹਾਨੂੰ ਗਾਉਂਦਿਆਂ ਨੂੰ ਅਸੀਂ ਸੁਣਦੇ ਸੀ, ਲੱਗਦਾ ਸੀ ਕਿ ਇਹ ਰੂਹ ਕਿਸੇ ਉਸ ਪਰਵਤਗਾਰ ਦੇ ਰੰਗ ਵਿੱਚ ਰੰਗੀ ਹੋਈ ਗਾਉਂਦੀ ਹੈ। ਜੀ ਜੀ, ਥੋੜ੍ਹਾ ਜਿਹਾ ਇਹ ਦੱਸਿਓ ਕਿ ਸ਼ੁਰੂਆਤ ਕਿਵੇਂ ਹੋਈ, ਸ਼ੁਰੂਆਤੀ ਦਿਨ ਕਿਹੋ ਜਿਹੇ ਸੀ ਤੁਹਾਡੇ? ਜੀ, ਸ਼ੁਰੂਆਤ ਤਾਂ ਇੱਕ ਬਹੁਤ ਲੰਮੀ ਕਹਾਣੀ ਹੈ ਜੀ। ਇੱਕ ਖਾਬਨਾਮਾ ਹੈ ਕਿ 7 ਸਾਲ ਦੀ ਉਮਰ ਸੀ ਜੀ, ਅਤੇ 3 ਸਾਲ ਪੂਰਾ ਖਾਬ ਰਿਹਾ। ਰਾਤ ਸੌਂਦੇ ਸੀ ਜਿਵੇਂ ਗੁਰੂ ਦਾ ਸਰਕਾਰ ਦਾ ਦਰਬਾਰ ਹੈ ਜੀ, ਉਹਦੇ ਵਿੱਚੋਂ ਐਸਾ ਕਰਕੇ ਇੱਕ ਹੱਥ ਨਿਕਲਦਾ ਹੁੰਦਾ ਸੀ। ਅੱਛਾ ਜੀ। ਹੱਥ ਨਿਕਲਦਾ ਸੀ ਅਤੇ ਉਸ ਹੱਥ ਬੁਲਾਉਂਦਾ ਸੀ ਤੁਹਾਨੂੰ, ਸਾਨੂੰ। ਅੱਛਾ ਜੀ। ਉੱਠ ਖਲੋਂਦੇ ਸੀ ਅਤੇ ਫਿਰ ਅੱਗੇ ਕੋਈ ਸ਼ੈ ਲੱਗਣੀ, ਫਿਰ ਨੀਂਦ ਨਾ ਆਉਣੀ, ਸਾਰੀ ਰਾਤ ਬੈਠਾ ਰਹਿਣਾ। ਅੱਛਾ, ਮਾਂ ਬਾਪ ਖੇਤੀਬਾੜੀ ਕਰਦੇ ਸੀ ਜੀ, ਉਹਨਾਂ ਦੇਖਣਾ ਕਿਤੇ ਪਾਣੀ ਲਵਣ ਜਾਣਾ ਜਾਂ ਕਿਤੇ ਹਲ ਵਾਹਣ ਵਾਹਣ ਜਾਣਾ, ਤਾਂ ਵੇਖਣਾ ਤਾਂ ਬੈਠਾ ਹੋਣਾ, ਤਾਂ ਉਹਨਾਂ ਪੁੱਛਣਾ ਵੀ ਤੂੰ ਕਿਉਂ ਬੈਠਾ, ਉਹਨੂੰ ਆਖਣ ਦੱਸਣਾ ਬਾਬਾ ਜੀ ਇਹ ਗੱਲ ਹੈ। ਉਹਨਾਂ ਫਿਰ ਸੋਚਿਆ ਕੋਈ ਇਹਨੂੰ ਜਿੰਨੇ ਜਾਂ ਕੋਈ ਇਹਨੂੰ ਭੂਤ ਜਾਂ ਕੋਈ ਨੂੰ ਕੋਈ ਸ਼ੈ ਲੱਗੀ। ਫਿਰ ਉਹ ਪੀਰਾਂ ਤੇ ਫਕੀਰਾਂ ਤੇ ਮੰਦਰਾਂ ਤੇ ਦਰਬਾਰਾਂ ਤੇ ਲੈ ਗਏ, ਕੁਛ ਵੀ ਨਾ ਹੋਇਆ। ਅੱਛਾ। ਇੱਕ ਦਰਗਾਹ ਸੀ ਬਾਬੇ ਅਹਿਮਦ ਲਾਂਗ ਦੀ। ਅੱਛਾ ਜੀ। ਬਾਬਾ ਅਹਿਮਦ ਲਾਂਗ ਬੋਲਿਆ ਜਾਂਦਾ ਹੈ, ਉਹ ਹਜ਼ਰਤ ਬਾਬਾ ਫਰੀਦ ਹੋਏ ਸ਼ੱਕਰਗੰਜ ਨਾਲ, ਜਦਾਂ ਬਾਬਾ ਫਰੀਦ ਲਟਕੇ ਹੋਏ ਸੀ ਨਾ ਤੇ ਨਿਕਲਣ ਲੱਗੇ ਸੀ ਤੇ ਉਹ ਵੀ ਉੱਥੇ ਲਟਕ ਗਏ ਸੀ। ਅੱਛਾ ਜੀ। ਚਲ, ਹੁਕਮ ਹੋਇਆ ਬਾਬਾ ਫਰੀਦ ਨੂੰ ਕਿ ਤੂੰ ਬਵੀਸ਼ਾ ਖਾਜਿਆਂ ਦਾ ਕੁਤਬ, ਤੇ ਉਹਨੇ ਫਰਮਾਇਆ ਕਿ ਨਹੀਂ, ਪਹਿਲੇ ਆਯਾਲ ਨੂੰ ਤੇ ਪਿੱਛੇ ਮੈਨੂੰ। ਆਖਿਆ ਜਾ ਇਹ ਵੀ ਕੁਤਬ। ਉਹਦੀ ਦਰਗਾਹ ਤੇ ਇੱਕ ਹਿੰਦੁਸਤਾਨ ਪਟਿਆਲੇ ਦਾ ਇੱਕ ਆਦਮੀ ਸੀ ਜੀ, ਦਰਵੇਸ਼ ਸੀ, ਯਕਤਾਰਾ ਵਜੇਂਦਾ ਸੀ, ਯਕਤਾਰੇ ਨਾਲ ਸਾਰੀ ਰਾਤ ਇਬਾਦਤ ਕਰਨਾ। ਉਹਦੇ ਕੋਲ ਗਏ, ਉਹਨੂੰ ਸਾਰਾ ਹਕੀਕਤ ਸੁਣਾਈ। ਉਹਨੇ ਕੀਤਾ ਵੀ ਇੰਜ ਕਰੋ, ਇਹਨੂੰ ਕੋਈ ਸ਼ੈ ਨਹੀਂ, ਜਿੰਨ ਭੂਤ ਨਾ ਕੁਛ ਵੀ ਨਹੀਂ, ਇਹਨੂੰ ਦਰਗਾਹ ਫਿਰਾਓ। ਅੱਛਾ। ਜੋ ਦਰਬਾਰ ਹੈ ਇਹਨੂੰ ਹੱਥ ਵਿੱਚੋਂ ਨਜ਼ਰ ਆਉਂਦਾ ਨਾ, ਉਹ ਸਾਹਮਣੇ ਹੋਇਆ ਤੇ ਇਹਦਾ ਮਕਸਦ ਪੂਰਾ ਹੋ ਜਾਏਗਾ। ਅੱਛਾ ਜੀ। ਹਾਂਜੀ। ਫਿਰ ਜੀ ਬੜਾ ਫਿਰ ਕੇ ਹਰ ਜਗ੍ਹਾ ਫਿਰੀ, ਆਖਰ ਤੇ ਮਸਲਾ ਮੇਰਾ ਉੱਚ ਗਿਲਾਨੀਆਂ ਦੇ ਚੋਂ ਜਾ ਕੇ ਹੱਲ ਹੋ ਗਿਆ। ਹਜ਼ਰਤ ਬਾਬਾ ਬੁੱਲੇ ਸ਼ਾਹ ਦਾ ਨਿਕਾਲ ਸੀ ਉੱਥੇ। ਤੇ ਜਦੋਂ ਤੁਸੀਂ ਉੱਥੇ ਕਹਿੰਦੇ ਮਸਲਾ ਤੁਹਾਡਾ ਹੱਲ ਹੋ ਗਿਆ, ਉਹ ਇੱਕ ਤਾਰੇ ਨਾਲ ਗਾਉਣ ਵਾਲੀ ਤੁਸੀਂ ਗੱਲ ਦੱਸਦੇ ਹੋ, ਉਹ ਤੁਹਾਨੂੰ ਕਿੰਨਾ ਕੁ ਚੰਗਾ ਲੱਗਦਾ ਸੀ ਜਦੋਂ ਗਾਉਂਦੇ ਸੀ? ਜੀ, ਸਭ ਤੋਂ ਪਹਿਲੇ ਮੇਰਾ ਪਹਿਲਾ 3 ਉਸਤਾਦ ਨੇ। ਅੱਛਾ। ਮੇਰਾ ਜਿਹੜਾ ਪਹਿਲਾ ਉਸਤਾਦ ਜਿਸ ਨੇ ਮੈਨੂੰ ਯਕਤਾਰਾ ਦਿੱਤਾ ਸੀ ਨਾ, ਉਹਨੇ ਨਾਲ ਇੱਕ ਦੱਸਿਆ ਸੀ 3 ਤਾਰ ਦੇ ਠੇਕੇ ਦੇ ਵਿੱਚ। ਅੱਛਾ। ਤਨ 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 ਵੱਜਦਾ ਇੱਕ ਤਾਰਾ, ਇੱਕ ਤਾਰੇ ਵਿੱਚ ਰਾਗ ਹਜ਼ਾਰਾਂ, ਵੱਖ ਵੱਖ ਅੰਗ, ਹਰ ਹਰ ਸੁਰ ਨਿਆਰਾ, ਤਨ 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 ਵੱਜਦਾ ਇੱਕ ਤਾਰਾ। ਇੱਕ ਤਾਰੇ ਦੀ ਜ਼ਰਬ ਹਯਾਤੀ, ਜ਼ਰਬ ਕਲਿਆਣ ਤੇ ਜ਼ਰਬ ਪਰਬਾਤੀ, ਤੁੰਬਾ ਗਹਿਰਾ ਅਥਾ ਸਮੁੰਦਰ, ਤਾਰ ਕਿੱਲੀ ਦੇ ਸੀਨੇ ਅੰਦਰ,
ਅੰਬਲ ਦੀ ਰਾਹ ਮਿਜ਼ਰਾਬ ਦੀ ਹਰਕਤ ਡਾਂਟੀ ਆਸ ਉਮੀਦ ਸਹਾਰਾ ਤਨ 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 ਵੱਜਦਾ ਇੱਕ ਤਾਰਾ ਆਪਣੇ ਹੱਥੀ ਆਪ ਬਣਾਵੇ ਸੋਹਣੀ ਸੂਰਤ ਅਪਰੰਪਾਰਾ ਉਹਦੀ ਹੂਕ ਨੂੰ ਆਪੇ ਜਾਣੇ ਆਪਣੇ ਹੀ ਦਰਦ ਆਪੇ ਚਾਰਾ ਸੱਚੇ ਸੁਰ ਦੀ ਮਾਲਾ ਜਪਦਾ ਪਿਆਰ ਦੀ ਬੋਲੀ ਦਾ ਵਨਜਾਰਾ ਤਨ 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 ਮੈਂ ਚਾਹ ਰਿਹਾ ਕਿ ਇੱਕ ਤਾਰੇ ਦੇ ਜਿਸ ਤਰ੍ਹਾਂ ਮੈਂ ਹੁਣ ਤਿੰਨ ਤਾਰਾਂ ਤੁਹਾਡੇ ਤੂੰਬੇ ਤੇ ਵੇਖ ਰਿਹਾ ਤੇ ਤੂੰਬਾ ਹੀ ਆਉਣ ਦਿਓ ਜੀ ਪਹਿਲਾਂ ਆਪਾਂ ਤੂੰਬੇ ਨਾਲ ਸ਼ੁਰੂਆਤ ਕਰੀਏ ਤਾਰਾ ਤਿੰਨ ਸੁਰ ਇੱਕ ਜੀ ਆਉਣ ਦਿਓ ਜੀ ਪਲੀਜ਼ ਤੂੰਬਾ ਜੀ ਪੰਜਾਬੀ ਦੇ ਤੂੰਬਾ ਬੋਲਿਆ ਜਾਂਦਾ ਸਿੰਧੀ ਯਕਤਾਰਾ ਬੋਲਿਆ ਜਾਂਦਾ ਸੋ ਯਕਤਾਰੇ ਤੇ ਤੂੰਬਾ ਲਾਹੂ ਕਹਿੰਦਾ ਮੈਂ ਚਾਹੁੰਦਾ ਕਿ ਆਪਾਂ ਦਰਸ਼ਕਾਂ ਦੇ ਰੂਬਰੂ ਕਰੀਏ ਜੀ ਅੱਲਾਹ Allahu 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 Oh je rab milda naatyan dotyan je rab milda naatyan dotyan milda machhiyan gaddiyan ਜੇ ਰੱਬ ਮਿਲਦਾ ਮੋਨ ਮੁਨਾਇਆ ਮਿਲਦਾ ਬੇਗਾ ਸਸੀਆਂ ਹੋ ਅੱਲਾਹੋ 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 ਜੇ ਰੱਬੇ ਮਿਲਦਾ ਜੱਤੀਆਂ ਸੱਤੀਆਂ ਮਿਲਦਾ ਦਾਂਦਾਂ ਖਸੀਆਂ ਜੇ ਰੱਬ ਮਿਲਦਾ ਮੋਨ ਮੁਨਾਇਆ ਮਿਲਦਾ ਬੇਡਾ ਸੱਤੀਆਂ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਵਾਹ ਸਾਈ ਜੀ ਜਿਸ ਤਰ੍ਹਾਂ ਮੈਂ ਵੇਖ ਰਿਹਾ ਜਿੰਨੇ ਵੀ ਤੁਸੀਂ ਗੀਤ ਗਾਉਂਦੇ ਹੋ ਜੀ ਤੁਹਾਡੇ ਸਾਹਮਣੇ ਕੁਛ ਲਿਖਿਆ ਨਹੀਂ ਹੁੰਦਾ ਸਾਰੇ ਜ਼ੁਬਾਨੀ ਯਾਦ ਹੁੰਦੇ ਨੇ ਜੀ ਇਹ ਯਾਦ ਕਿੰਨੇ ਕੁ ਗੀਤ ਨੇ ਜੀ ਤੁਹਾਨੂੰ ਜੀ ਦੇਖੋ ਜਿੰਨਾ ਕਲਾਮ ਹੈ ਨਾ ਉਹ ਸੀਨੇ 'ਤੇ ਲਿਖਿਆ ਹੋਇਆ ਹੈ ਅੱਛਾ ਇਹ ਬੁਰਸ਼ਿਦ ਦਾ ਇਹ ਕਰਮ ਹੈ ਕਿ ਜੋ ਨਿਕਲੇਗਾ ਸੋ ਸੀਨੇ 'ਤੇ ਲਿਖਿਆ ਹੀ ਹੋਇਆ ਨਿਕਲੇਗਾ ਸਾਈ ਜੀ ਪੜ੍ਹਨ ਦਾ ਮੌਕਾ ਮਿਲਿਆ ਛੋਟੇ ਹੁੰਦਿਆਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਨਾ ਜੀ ਕਿਤੇ ਵੀ ਕਦੇ ਮਸੀਤੇ ਹੀ ਨਹੀਂ ਗਏ ਅੱਛਾ ਕਿਸੇ ਮੰਦਰ 'ਚ ਹੀ ਨਹੀਂ ਗਏ ਕੁਛ ਵੀ ਨਹੀਂ ਪੜ੍ਹਿਆ ਨਿਲ ਬਟਾ ਨਿਲ ਨਿਲ ਬਟਾ ਨਿਲ ਅੱਛਾ ਫਿਰ ਇਹ ਸਾਰਾ ਜਿਹੜਾ ਤੁਸੀਂ ਕਲਾਮ ਚੇਤੇ ਕੀਤਾ ਜੀ ਇਹ ਫਿਰ ਕਿਵੇਂ ਯਾਦ ਕੀਤਾ ਜੀ ਇਹ ਜਿਸ ਵਕਤ ਪੜ੍ਹਨਾ ਉਸ ਵਕਤ ਮੁਰਸ਼ਿਦ ਦੀ ਤਾਰ ਕਾਲ ਜਾਂਦੀ ਅੱਛਾ ਉਹ ਤਾਰ ਜਿਹੜੀ ਹੈ ਨਾ ਉਹ ਛਿੜਦੀ ਉਹ ਮੁੜ ਸਮਝ ਨਹੀਂ ਲੱਭਣ ਦਿੰਦੀ ਕਿਉਂਕਿ ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਉਂਦਾ ਹੀ ਹਜ਼ਰਤ ਪੀਰ ਬਾਰਿਸ਼ ਸ਼ਾਹ ਲਿਖਿਆ ਹੈ ਬਹੁਤ ਕਮਾਲ ਤੇ ਉਹ ਸਰਕਾਰ ਨੇ ਜੋ ਲਿਖਿਆ ਉਹਨੇ ਸਹੀ ਲਿਖਿਆ ਕਿ ਜਿਸ ਵਕਤ ਮੁਰਸ਼ਿਦ ਹੋਵੇ ਮੁਰਸ਼ਿਦ ਪਕੜ ਲਈਏ ਤੇ ਫਿਰ ਮੁੜ ਪਿੱਛੇ ਵੇਖਣ ਦੀ ਲੋੜ ਕਾਈ ਨੇ ਮੈਨੂੰ ਇਹ ਦੱਸਿਓ ਜਿਸ ਤਰ੍ਹਾਂ ਤੁਸੀਂ ਗਾਉਂਦੇ ਹੋ ਬਹੁਤ ਕਮਾਲ ਦਾ ਲੱਗਦਾ ਸਾਨੂੰ ਤੇ ਇਹ ਲੱਗਦਾ ਹੁੰਦਾ ਕਿ ਬਸ ਹੁਣ ਇਸ ਤੋਂ ਉੱਤੇ ਕੁਛ ਨਹੀਂ ਇਹ ਕਿੰਨਾ ਕੁ ਸਿੱਖਿਆ ਤੁਹਾਨੂੰ ਕਿੰਨੀ ਕੁ ਸਿੱਖਣ ਦੀ ਲੋੜ ਪਈ ਕਿੰਨੀ ਕੁ ਤਲੀਮ ਕਿਸ ਕਿਸ ਤੋਂ ਹਾਸਲ ਸਰਕਾਰ ਉਹ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਸੀ ਨਾ ਜੀ ਉਸ ਵਕਤ ਮੇਰੀ 10 ਸਾਲ ਦੀ ਉਮਰ ਸੀ ਅੱਛਾ ਜੀ ਤੇ ਹੁਣ ਦੇਖ ਲੈ ਕੇ ਹੁਣ ਕੀ ਵਕਤ ਹੋ ਗਿਆ ਤੇ ਅਜੇ ਤਾਈਂ ਸਿੱਖ ਹੀ ਰਹੇ ਆ ਪਤਾ ਨਹੀਂ ਹੈ ਅੱਛਾ ਅਜੇ ਤਾਈਂ ਪੂਰਾ ਸਿੱਖਿਆ ਨਹੀਂ ਵਾਹ ਹਰ ਰੋਜ਼ ਸਿੱਖਿਆ ਜਾਂਦਾ ਬਸ ਉਹਦੀ ਸਦਾ ਹੋਈ ਜਾਂਦੀ ਉਹ ਅੱਗੇ ਅੱਗੇ ਰਸਤਾ ਹੌਲੀ ਹੌਲੀ ਕਤਰੇ ਕਤਰੇ ਸੇ ਦਰਿਆ ਬਣਦਾ ਹੈ ਕਿਉਂਕਿ ਹਜ਼ਰਕਾਰ ਨੇ ਲਿਖਿਆ ਮਰ ਵੇ ਖਸਮਾ ਮਰ ਨਾ ਖਸਮ ਮਰੇ ਤੇ ਨਾ ਵਸੇ ਘਰ ਜੀਂਦਿਆਂ ਖਸਮ ਨਾ ਮਿਲਿਆ ਢੋਈ ਖਸਮ ਮਾਰ ਸੁਹਾਗੇ ਨੋਏ ਇੱਕ ਨਫਸ ਆਪਣਾ ਮਾਰੀਏ ਫਿਰ ਪਤਾ ਲੱਗਦਾ ਹੈ ਨਫਸ ਮਰ ਜਾਵੇ ਤਾਂ ਘਰ ਵਸ ਜਾਂਦਾ ਹੈ ਬਹੁਤ ਅੱਛੇ ਦੋਸਤੋ ਇਸ ਵਕਤ ਸਾਈ ਜ਼ਹੂਰ ਸਾਡੇ ਮਹਿਮਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਇਸ ਵਕਤ ਤੁਸੀਂ ਵੇਖ ਸੁਣ ਰਹੇ ਹੋ ਸਮਾਂ ਬ੍ਰੇਕ ਦਾ ਅਸੀਂ ਵਾਪਸ ਆਉਂਦੇ ਹਾਂ ਦੋਸਤੋ
इस वक्त तुसी प्राइम एशिया टीवी वेख रहे हो। इस वक्त मेरे नाल साईं ज़हूर अते उन्हां दे पुत्तर शराफत अली हन। सो मैनू ये दस्यो साईं जी, जिस तरह तुहाडा बेटा तुहाडे नाल गा रहा है जी, तुहाडे बच्चे किन्ने ने ते कोई होर वी गा रहा है जी? जी बेटे तां तीन ने जी, दो बच्चियां तीन बेटे ने। अच्छा जी। ਇਹਨਾਂ ਦੇ ਵਿੱਚੋਂ ਇੱਕ ਬੇਟਾ ਮੇਰਾ ਕੰਮ ਕਰ ਰਿਹਾ ਹੈ। ਅੱਛਾ ਜੀ। ਦੂਸਰੇ ਬੇਟਾ ਹੈ ਉਹ ਪਹਿਲੇ ਸਰਕਾਰੀ ਮੁਲਾਜ਼ਮ ਸੀ। ਅੱਛਾ ਜੀ। ਉਹਦੀ ਸਰਕਾਰੀ ਮੁਲਾਜ਼ਮ ਛਡਵਾਈ ਮੁਲਾਜ਼ਮਤ, ਤੇ ਉਸ ਨੂੰ ਆਪ ਦੇ ਨਾਲ ਸਾਥ ਕੀਤਾ, ਕਿਉਂਕਿ ਮੇਰੇ ਸਾਥ ਮੈਂ ਪੜ੍ਹਿਆ ਨਹੀਂ ਆ, ਅਨਪੜ੍ਹ ਜਿਹਾ ਬੰਦਾ ਜੀ ਜੀ, ਤੇ ਉਰਦੂ ਇੰਗਲਿਸ਼ ਅਰਬੀ ਦਾ ਉਹਦਾ ਮੈਨੂੰ ਵੀ ਪਤਾ ਲੱਗਦਾ। ਅੱਛਾ। ਕਿਉਂਕਿ ਨਹੀਂ ਕਿਆ ਲਿਖਿਆ ਹੋਇਆ ਤੇ ਕਿਆ ਨਹੀਂ ਲਿਖਿਆ। ਉਸ ਨੂੰ ਛਡਾ ਕੇ ਆਪਣਾ ਸੈਕਟਰੀ ਕੀਤਾ। ਅੱਛਾ ਜੀ। ਉਹ ਸਾਥ ਹੈ। ਫਿਰ ਇੱਕ ਬੇਟਾ ਹੈ ਉਹ ਕੱਪੜੇ ਦਾ ਕਾਰੋਬਾਰ ਕਰ ਰਿਹਾ। ਅੱਛਾ ਜੀ। ਹਾਂਜੀ। ਅਤੇ ਤੀਸਰਾ ਹੈ ਜਿਹੜਾ, ਉਸਨੂੰ ਨਾਲ ਲਿਆ ਕੇ ਇਸਨੂੰ ਹੌਲੀ ਹੌਲੀ ਕਤਰੇ ਕਤਰੇ ਸਮਝਾ ਰਿਹਾ। ਹੁਣ ਇਸ ਵਕਤ ਮੇਰੇ ਨਾਲ ਹਰ ਜਗ੍ਹਾ 'ਤੇ ਪ੍ਰੋਗਰਾਮ ਕਰਦਾ, ਹਰ ਜਗ੍ਹਾ 'ਤੇ ਮੇਰਾ ਸਾਥ ਦਿੰਦਾ ਹੈ। ਸ਼ਰਫ, ਤੁਹਾਨੂੰ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਅੱਬੂ ਵਾਂਗ ਗਾਇਆ ਕਰੋਗੇ, ਸਟੇਜਾਂ ਕਰਿਆ ਕਰੋਗੇ, ਜਾਂ ਇਹੋ ਜਿਹਾ ਪਹਿਰਾਵਾ ਹੋਏਗਾ, ਜਾਂ ਜਿਸ ਪਹਿਰਾਵੇ 'ਚ ਤੁਸੀਂ ਹੁਣ ਇਸੇ ਤਰ੍ਹਾਂ ਰਹੋਗੇ? ਇਹ ਜੀ, ਮਾਲਕ ਜਾਣਦਾ ਕਿਹੜੇ ਪਰਾ ਵਿੱਚ ਆਉਣ ਵਾਲਾ ਵਕਤ ਕਿਹੜਾ ਹੈ। ਇਹ ਤਾਂ ਗੁਰੂ ਜੀ ਜਾਣਦਾ ਕਿਹੜਾ ਵਕਤ ਆ ਰਿਹਾ, ਕਿਸ ਤਰ੍ਹਾਂ ਚੇਂਜ ਹੋ ਜਾਣਾ। ਪਰ ਮੇਰੀ ਤਾਂ ਇਹੀ ਖੁਆਇਸ਼ ਹੈ ਜੀ, ਮੈਂ ਜਿਸ ਤਰ੍ਹਾਂ ਅੱਬੂ ਰੀ ਗਾ ਰਹੇ ਨੇ, ਇਸ ਤਰ੍ਹਾਂ ਸੂਫੀ ਨੂੰ ਲੈ ਕੇ ਅੱਗੇ ਚੱਲੂਗਾ, ਬਾਬੂ ਰਸ਼ਾਂ ਨੂੰ, ਵਾਰਿਸ਼ਾਂ ਨੂੰ ਲੈ ਕੇ ਨਾ। ਸਾਈਂ ਜੀ, ਮੈਂ ਜਿਸ ਨੂੰ ਤੁਸੀਂ ਯਕਤਾਰਾ ਕਹਿੰਦੇ ਹੋ ਜਾਂ ਪੰਜਾਬੀ 'ਚ ਤੂੰਬਾ ਕਿਹਾ ਜਾਂਦਾ, ਮੈਂ ਬਹੁਤ ਸਾਰੇ ਫਨਕਾਰਾਂ ਕੋਲ ਤਾਂ ਨਹੀਂ ਦੇਖਿਆ, ਪਰ ਕਿਸੇ ਕੋਲ ਵੇਖਿਆ, ਉਹਨਾਂ ਦੇ ਹੇਠਾਂ ਆ ਜਿਹੜੀਆਂ ਝਾਲਰਾਂ ਫੁੱਲ ਫੂੰਦੇ ਲਾਏ ਨੇ, ਇਹ ਨਹੀਂ ਹੁੰਦੇ, ਇਸ ਦਾ ਕੋਈ ਖਾਸ ਕਾਰਨ ਹੈ ਜੀ? ਇਹ ਮੇਰਾ ਇੱਕ ਕਲਚਰ ਦਰਵੇਸ਼ੀ ਹੈ। ਅੱਛਾ ਜੀ। ਸੂਫੀ ਕਲਚਰ ਹੈ, ਸੂਫੀ ਬੋਲਿਆ ਜਾਂਦਾ ਸ਼ੁਕਰ ਅਲਾ ਹਮਦੇ, ਕਿ ਇਸ ਮਜ਼ਹਬ ਦੇ ਚੋਂ ਦੋ ਮੁਸਲਮਾਨ ਕੀਤੇ ਜਪਾਨ ਦੇ ਸ਼ਗਿਰਦ ਜੀ, ਉਹਨਾਂ ਨੇ ਵੀ ਇਹ ਸਿਖਾਇਆ ਹੈ। ਉਹਨਾਂ ਵੀ ਗੁਰੂ ਕਲਮਾ ਨਬੀ ਦਾ ਪੜ੍ਹਿਆ। ਇੱਕ ਚੀਜ਼ ਹੈ ਕਿ ਇਹ ਜਿਹੜਾ ਮੇਰਾ ਕਲਚਰ ਹੈ, ਖੂਬਸੂਰਤੀ ਹੈ, ਇਹ ਇੱਕ ਦਰਵੇਸ਼ੀ ਹੈ, ਦਰਵੇਸ਼ੀ ਦਾ ਹਾਲ ਹੈ। ਜਿਵੇਂ ਗੁਰੂ ਹੁੰਦਾ, ਗੁਰੂ ਦੇ ਚੇਲੇ ਹੁੰਦੇ ਨੇ, ਨਾਲ ਉਹਨਾਂ ਦੇ ਮਸਤ ਵੀ ਹੁੰਦੇ ਨੇ, ਹੈ ਜੀ। ਬਸ ਇਹ ਇੱਕ ਉਹ ਮੇਰਾ ਪਰੇਵਾ ਹੈ। ਅੱਛਾ, ਜਦੋਂ ਤੁਸੀਂ ਗਾਉਂਦੇ ਬਹੁਤ ਵਧੀਆ ਤਰੀਕੇ ਨਾਲ ਘੁੰਮ ਕੇ ਗਾਉਂਦੇ ਹੋ, ਉਹ ਸੂਫੀ ਮਤ ਦੀ ਉਹ ਇੱਕ ਧਾਰਨਾ ਹੈ ਜਾਂ ਉਹ ਵੀ ਤੁਹਾਡਾ ਆਪਣਾ ਕਲਚਰ? ਜੀ ਦੇਖੋ, ਜਿਹੜੀ ਉਹ ਮਸਤਾਂ ਦੀ ਉਹ ਤਾਰ ਹੁੰਦੀ ਨਾ, ਉਸ ਵਕਤ ਉਹ ਅੱਗੇ ਸਾਹਮਣੇ ਉਹ ਯਾਰ ਹੁੰਦਾ, ਸਾਨੂੰ ਨਹੀਂ ਪਤਾ ਹੁੰਦਾ, ਸਾਨੂੰ ਉਹ ਹੀ ਫਿਰ ਆਉਂਦਾ ਪਿਆ, ਅਸੀਂ ਤਾਂ ਉਸ ਮਨੇ ਦੇਖਣਾ ਹੁੰਦਾ, ਇਸ਼ਕ ਬੁੱਲੇ ਨੂੰ ਨਚਾਉਂਦਾ ਐ, ਬਸ ਆਉਣ ਦੋ ਜੀ ਪਲੀਜ਼, ਫਿਰ ਗੱਲ ਉੱਥੇ ਆ ਗਈ ਹੈ। ਹਾਂ ਜੀ, ਹਾਂ ਵੇਖੋ ਨਾ ਕੀ ਬਾਤ ਹੈ। ਮੁੱਲਾ ਤੂੰ ਕੀ ਸ਼ਰ੍ਹਾਂ ਨੂੰ ਜਾਣਨਾ ਏ ਮੁੱਲਾ, ਤੈਨੂੰ ਆਪਣੀ ਸ਼ਰ੍ਹਾਂ ਦਾ ਖਿਆਲ ਮੁੱਲਾ, ਸਾਨੂੰ ਯਾਰ ਮਨਾਉਣੇ ਦੀ ਪਈ ਹੋਈ ਏ, ਦੋਜ਼ਖ ਬਾਹਰ ਮੇਰਾ ਮੋਮਨਾ ਭੁੱਲਿਆ, ਪਰ ਇਹ ਗੱਲ ਖਾਸ ਕੁਰਾਨ ਨੇ ਕਹੀ ਹੋਈ। ਬਹੁਤ ਖੂਬ ਤੇ ਲਿਖਦਾ ਹੈ ਜੀ, ਇਸ਼ਕ ਬੁੱਲੇ ਨੂੰ ਨੱਚਾਵੇ ਯਾਰ, ਇਸ਼ਕ ਬੁੱਲੇ, ਇਸ਼ਕ ਬੁੱਲੇ ਨੂੰ ਨੱਚਾਵੇ, ਆ
ਘੁੰਗਰੂ ਪਾ ਕੇ ਬੁਲਾਇਆ ਤੇ ਮੇਰੇ ਨੱਚਿਆ ਸਾਹਮਣੇ ਹੋਵੇ ਓਏ ਯਾਰ ਨੱਚਣਾ ਪੈਂਦਾ ਜੇ ਜਦੋਂ ਮਿਲ ਜਾਵੇ ਦੀਦਾਰ ਮਨਾਉਣਾ ਪੈਂਦਾ ਏ ਆਏ ਮਿਲ ਜਾਵੇ ਦੀਦਾਰ ਮਨਾਉਣਾ ਪੈਂਦਾ ਏ ਅੱਛੇ ਸਾਈਂ ਜੀ, ਜਦੋਂ ਤੁਸੀਂ ਬਾਬਾ ਬੁੱਲੇ ਸ਼ਾਹ ਦਾ ਕਲਾਮ ਜਾਂ ਕੋਈ ਵੀ ਸੂਫੀ ਕਲਾਮ ਗਾਉਂਦੇ ਹੋ ਤੇ ਤੁਸੀਂ ਬਾਕੀ ਦੇ ਕਲਾਕਾਰਾਂ ਨੂੰ ਵੀ ਸੁਣਦੇ ਹੋਵੋਗੇ, ਭਾਵੇਂ ਉਹ ਲਹਿੰਦੇ ਪੰਜਾਬ ਦੇ ਨੇ, ਚੜ੍ਹਦੇ ਪੰਜਾਬ ਦੇ ਨੇ, ਕੀ ਲੱਗਦਾ ਹੁੰਦਾ, ਕਿਹੜਾ ਤੁਹਾਨੂੰ ਕਲਾਮ ਸਕੂਨ ਦਿੰਦਾ? ਜੀ ਦੇਖੋ, ਮੇਰੇ ਨਾਲੋਂ ਜੋ ਵੀ ਜੀ ਸਭ ਕਲਾਕਾਰ ਹੈ, ਸਭ ਫਨਕਾਰ, ਮੈਂ ਆਪ ਦੇ ਨਾਲੋਂ ਅੱਛੇ ਸਮਝਣਾ ਜਿਹੜੇ ਸੂਫੀ ਵਲੀ ਦਾ ਨਾਮ ਲਵਣ, ਪਰਮਾਤਮਾ ਦਾ ਲਵਣ, ਗੁਰੂਆਂ ਦਾ ਲਵਣ, ਵਲੀ ਦਾ ਲਵਣ, ਜਿਸ ਦਾ ਨਾਮ ਲਵਣ, ਬਜ਼ੁਰਗਾਂ ਦਾ ਨਾਮ ਲਵਣ, ਉਹ ਮੈਂ ਆਪਣੇ ਨਾਲੋਂ ਅੱਛੇ ਸਮਝਣਾ ਜੀ। ਸਾਈਂ ਜੀ, ਜੇ ਪਾਕਿਸਤਾਨ ਦੀ ਗੱਲ ਕਰਾਂ ਮੈਂ, ਕਿਹੜਾ ਉਹ ਏਰੀਆ, ਕਿੱਥੇ ਕੁ ਤੁਹਾਡਾ ਖਿੱਤਾ ਪੈਂਦਾ ਜਿੱਥੋਂ ਕਿ ਤੁਸੀਂ ਰਹਿਣ ਵਾਲੇ ਹੋ? ਜੀ ਜੰਮਾ ਜਾਇਆ ਮੇਰਾ ਜ਼ਿਲ੍ਹਾ ਮਿੰਟ ਕੁੰਬਰੀ, ਸਾਹੀਵਾਲ, ਤਹਿਸੀਲ ਦੀਪਾਲਪੁਰ ਜੀ, ਨਾਲ ਹੀ ਬਾਬਾ ਫਰੀਦੋ ਸ਼ਕਰਗੰਜ ਹੈ ਜੀ, ਉੱਥੋਂ ਦੀ ਪੈਦਾਇਸ਼, ਉੱਥੇ ਵੀ ਜਗ੍ਹਾ ਹੈ, ਲਾਹੌਰ ਵੀ ਜਗ੍ਹਾ ਹੈ। ਅੱਛਾ, ਹੁਣ ਲਾਹੌਰ ਦਾ, ਹੁਣ ਲਾਹੌਰ ਰਹਿੰਦੇ ਹੋ? ਲਾਹੌਰ ਰਹਿੰਦਾ। ਅੱਛਾ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕ ਕਹਿੰਦੇ ਨੇ, ਅਸੀਂ ਅਕਸਰ ਇਹ ਕਹਾਵਤ ਸੁਣਦੇ ਹਾਂ, ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਉਹ ਮਕਸਦ ਕਿ ਉਹਦਾ ਪਤਾ ਕਿਆ ਹੈ ਕਿ ਲਾਹੌਰ ਦੇ ਖਾਣੇ ਐਸੇ ਨੇ। ਅੱਛਾ ਜੀ, ਮਾਧੂ ਲਾਲ ਹੁਸੈਨ ਵੀ ਸ਼ਾਹ ਹੁਸੈਨ, ਉਹ ਵੀ ਲਾਹੌਰ ਹੈ ਜੀ। ਹਾਂਜੀ, ਬਾਬਾ ਬੁੱਲੇ ਸ਼ਾਹ ਵੀ ਉੱਥੇ, ਬੁੱਲੇ ਸ਼ਾਹ ਦਾ ਮੁਰਸ਼ਿਦ ਵੀ ਉੱਥੇ, ਜਿੰਨੇ ਗੰਗਾ ਰਾਮ ਮਿਉਂ ਹਸਪਤਾਲ ਸਾਰੇ ਉੱਥੇ, ਸਰਕਾਰਾਂ ਦੀਆਂ ਢੇਰੀਆਂ, ਬਜ਼ੁਰਗਾਂ ਦੀਆਂ ਦਰਬਾਰਾਂ ਨੇ, ਮੀਆਂ ਮੀਰ ਵੀ ਉੱਥੇ, ਮਾਧੂ ਲਾਲ ਹੁਸੈਨ ਵੀ ਉੱਥੇ, ਸ਼ਾਹ ਜਮਾਲ ਵੀ ਉੱਥੇ, ਬੜੇ ਬਜ਼ੁਰਗਾਂ ਦੀਆਂ ਢੇਰੀਆਂ ਹਨ, ਬਹੁ ਉਹਨਾਂ ਦੇ ਸੱਤ ਨਾਲ ਲਾਹੌਰ। ਇਸੇ ਲਈ ਆਖਦੇ ਨੇ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਜਿਹੜਾ ਚਲਾ ਜਾਵੇ ਇੱਕ ਵਾਰੀ ਖਾਣੇ ਐਸੇ ਖਾ ਕੇ ਉਹ ਆਉਂਦਾ ਕਿ ਹਾਂ ਮਜ਼ਾ ਐਸਾ ਮਜ਼ਾ ਆ ਗਿਆ। ਅੱਛਾ, ਹੁਣ ਦੱਸਿਓ ਸਾਈਂ ਜੀ, ਤੁਸੀਂ ਲਾਹੌਰ ਵੀ ਵੇਖਿਆ, ਸਾਹੀਵਾਲ, ਮਿੱਟ, ਗੁਮਰੀ ਵੀ ਵੇਖੀ, ਹੁਣ ਤਾਂ ਤੁਸੀਂ ਦੁਨੀਆ ਵੇਖ ਲਈ ਜਹਾਜ਼ਾਂ 'ਚ ਘੁੰਮ ਰਹੇ ਹੋ। ਜਦੋਂ ਛੋਟਾ ਬਾਲ ਸੀ, ਮਜ਼ਾਰ 'ਤੇ ਗਾਉਣਾ, ਮਸੀਤ ਗਾਉਣਾ, ਕਿਸੇ ਮੰਦਰ ਜਾ ਕੇ ਗਾ ਲੈਣਾ, ਕਦੀ ਸਾਈਂ ਜ਼ਹੂਰ ਨੇ ਸੋਚਿਆ ਸੀ ਕਿ ਜਹਾਜ਼ਾਂ ਦੇ ਚੱਕਰ ਲਾਏਗਾ ਕਦੇ ਵੱਡਾ ਹੋ ਕੇ? ਦੇਖੋ ਜੀ, ਆਦ ਹੁਕਮ ਬਿਨ ਬਰਕ ਨਾ ਹਲਦਾ ਉਸ ਮੁਸੱਲਮ ਬਾਤ ਅੰਬਰਦੀ, ਰੱਬ ਦੇ ਹੁਕਮ ਤੋਂ ਬਗੈਰ ਇੱਕ ਬਰਕ ਇੱਕ ਪੱਤਾ ਨਹੀਂ ਹਿੱਲ ਸਕਦਾ ਜੀ। ਇਹ ਨਹੀਂ ਪਤਾ ਸੀ ਕਿਸੇ ਦੇ ਲੜ ਲੱਗਿਆ, ਇਹ ਪਤਾ ਨਹੀਂ ਸੀ ਕਿ ਕਿਸੇ ਦੇ ਲੜ ਲੱਗਣਾ ਹੈ ਜਾਂ ਨਹੀਂ। ਤੇ ਜਿਸ ਵਕਤ ਉਹਨਾਂ ਦੇ ਲੜ ਲੱਗਿਆ, ਸਰਕਾਰ ਨੇ ਐਸਾ ਰੰਗ ਹੈ ਰੰਗਿਆ ਕਿ ਉਹਨੇ ਪੂਰੀ ਦੁਨੀਆ 'ਤੇ ਰੰਗ ਵਿਖਾ ਦਿੱਤਾ। ਸੋ ਕਿੰਨੀ ਕੁ ਤਸੱਲੀ ਹੈ ਤੁਹਾਨੂੰ ਹੁਣ ਤੁਹਾਨੂੰ? ਸੋ ਅੱਜ ਤੱਕ ਜਿੰਨਾ ਵੀ ਤੁਸੀਂ ਆਪਣਾ ਸੰਗੀਤਕ ਸਫ਼ਰ ਤੈਅ ਕਰ ਲਿਆ, ਕਿੰਨਾ ਕੁ ਲੱਗਦਾ ਤੁਹਾਨੂੰ ਤਸੱਲੀ ਹੈ ਜੀ ਕਿ ਬਹੁਤ ਵਧੀਆ ਕੰਮ ਕਰ ਲਿਆ, ਜਾਂ ਤੁਹਾਨੂੰ ਲੱਗਦਾ ਕਿ ਹਜੇ ਬਹੁਤ ਕੁਛ ਕਰਨ ਵਾਲਾ ਹੈ? ਵੇਖੀ ਨਾ, ਹਜ਼ਰਤ ਬਾਬਾ ਫਰੀਦ ਸਾਹਿਬ ਆ ਕਿਹਾ, ਤਸਵੀ ਤੇਰੀ ਕਾਠ ਦੀ ਤੇ ਧਾਗੇ ਲਈ ਪਰੋ, ਤਸਵੀ ਤੇਰੀ ਕਾਠ ਦੀ ਧਾਗੇ ਲਈ ਪਰੋ, ਤੇ ਧਾਗੇ ਲਈ ਪਰੋ, ਮਨ ਵਿੱਚ ਗੁੰਡੀ ਪਾਪ ਦੀ ਤੇ ਰਾਮ ਜਪਿਆ ਕੀ ਉਹ। ਬਿਲਕੁਲ, ਇੱਕ ਗੁੰਡੀ ਜਿਹੜੀ ਹੈ ਉਹ ਦੂਰ ਹੋਵੇ ਤਾਂ ਸਭ ਕੁਛ ਹੁੰਦਾ ਹੈ। ਹਾਂਜੀ ਜੀ, ਸਰਕਾਰ ਨੇ ਫਰਮਾਇਆ ਉੱਠ ਫਰੀਦਾ ਸੁੱਤਿਆ ਝਾੜੂ ਦੁਨੀਆ ਦੇਖਣ ਜਾ, ਜੇ ਮਿਲ ਜਾ ਵੀ ਬਖਸ਼ਿਆ ਹੋਇਆ ਤੂੰ ਬਖਸ਼ਿਆ ਜਾ। ਹਾਂਜੀ ਜੀ, ਬਾਬਾ ਫਰੀਦੋ ਸ਼ਕਰਗੰਜ, ਸਰਕਾਰ ਨੇ ਲਿਖਿਆ ਉੱਠ ਫਰੀਦਾ ਸੁੱਤਿਆ ਤੂੰ ਝਾੜੂ ਦੇ ਮਸੀਤ, ਔਰ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ ਜੀ। ਸਰਕਾਰ ਦਾ ਮੁਖਤਸਰ ਹਾਲਾਤ ਨਾਮਾ ਜ਼ਿੰਦਗੀ ਦਾ,
कोतवाल कोठा ग्रां का नाम है जिथे जम्मे जी ते लिखते बैठ के अलिफ अल्लाह नू आजाद करिए अल्लाह बादशाह नबी वजीर साई और नबी साहेब सरताज कुल अंबिया दा वली हिक तू हिक अमीर साई रोशन पाक नबी दा दीन सच्चा जिंदी आल विचू दस्तगीर साई चिश्ती चन चरा गई पीर बख्शा और जिंदे नाम फरीद फकीर साई। बहुत अच्छे दोस्तों, साई जहूर दे नाल मुलाकात जारी रहेगी, समा फिर तो ब्रेक दा। दोस्तों एक बार फिर स्वागत कर रहे हैं, तो आओ अज की इस मुलाकात को होर अगे तोड़ते हैं। साई जी हुणे तुसी गल शकरगंज बाबा शेख फरीद जी की बाणी की कर रहे थे, मैं चाहना बाबा जी का कोई भी उचारिया होया वाक या शब्द कोई वेखो जी। हाँ तुसी लोग बाणिया आखते हो, असि उनका मुख्तसर हालातनामा जिंदगी का कहें जी। अल्लाह 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 सरकार दा जी जोद लंबिया 12 ते 12 24 ते 12 36 साल इबादत फिर भी आजी क्यों के वली दा नाम पहला गुरु गुरु पहला सलाम गुरु नू है दूआ सलाम बाबा फरीदो शकरगंज नू सरकार दी आजी आई कि मैं आजिज मैं मस्कीन इस आईजी ने रब ने साईं जी हुण जिहड़ा तुहाडा नाम है साईं जहूर जी मैं पुछना चाहुंदा है कि एक घरदिया ने तुहाडे वालदा ने नाम रखिया जां तुसीं गाउण लग पए उदों दा नाम नहीं 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 जी ये नाम मुर्शिदां दा रखिया होया है। अच्छा घरदा की नाम सी? घरदा नाम तो जहूर अहमद है। जहूर अहमद अहमद। अच्छा जी साईं नाम बुले शाह ने कर्म कराया ए ओना मुर्शिदा दा नाम। हुण तुहानूं साईं जहूर ज्यादा वधिया लगदा है जां जहूर अहमद ज्यादा वधिया लगदा? देखो जी ओ सरकार ने पीर वारिस शाह लिखिया फिर मैनूं जवाब सवाल देना पै गया जी जी के बिना मुर्शिदा राह नहीं हथे आउंदे दुद्धां बाजना विच दी खीर जी जी दुद्ध तों बगैर कदे नहीं खीर पक्केगी सरदार जी जी बिल्कुल हैं ते मुर्शिद तों बगैर एक रहबर एक रस्ता जी ओ कदे नहीं आवे हुण इत्थों सड़क जलावे गड्डी चलावीए जी जी अगर रस्ते ते अगे पता ही नहीं जाना किथे पता नहीं जाना जी, जी। के गड्डी जे रास्ता होवेगा ना तो उस रास्ते ते गड्डी ले जावांगे बिल्कुल ते जे एवें चलावांगे ते किसे मकान दे विच लगे बार बजे बिल्कुल लगे जी किथे
ਕਿਉਂਕਿ ਇਸ ਲਈ ਆਖਿਆ ਬਿਨਾਂ ਮੁਰਸ਼ਦਾ ਰਾਹ ਨਹੀਂ ਆਤਮ ਦੇ ਦੁੱਧਾ ਬਾਜ ਨਾ ਰਿਜਦੀ ਖੀਰ ਸਾਈਆਂ, ਦੁੱਧ ਤੋਂ ਬਗੈਰ ਖੀਰ ਨਹੀਂ ਪੱਕਦੀ ਅਤੇ ਮੁਰਸ਼ਦ ਤੋਂ ਬਗੈਰ ਰਾਸਤਾ ਰਹਿਬਰ ਨਹੀਂ ਆਉਂਦਾ। ਸੋ ਹੁਣ ਮੈਂ ਵੇਖ ਰਿਹਾ ਬਹੁਤ ਤੁਹਾਡੇ ਪਾਏ ਹੋਏ ਨੇ, ਮੈਨੂੰ ਨਹੀਂ ਪਤਾ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਕਿ ਇਹ ਇਹ ਜ਼ਰੂਰੀ ਪਾਉਣੇ ਨੇ ਜਾਂ ਫਕੀਰ ਲੋਕਾਂ ਦਾ ਪਹਿਰਾਵਾ ਹੈ? ਇਹ ਜੀ ਦਰਵੇਸ਼ਾਂ ਲੋਕਾਂ ਦਾ ਪਹਿਰਾ ਹੈ, ਇਹ ਉਹਨਾਂ ਦੇ ਫਕੀਰਾਂ ਦਾ ਪਹਿਰਾ ਹੈ ਸਾਡਾ। ਅੱਛਾ, ਜਿਵੇਂ ਆਪ ਦੇ ਗੁਰੂ, ਉਹਨਾਂ ਦੇ ਸੰਤ, ਉਹਨਾਂ ਦੇ ਫਿਰ ਚੇਲੇ ਛੇਲੇ ਉਹਨਾਂ ਦੇ ਵੀ ਹੁੰਦੇ ਨਾ। ਬਿਲਕੁਲ, ਇਸ ਲਈ ਇਹ ਪਰੇਵਾ ਹੈ, ਫਕਰਾਂ ਦਾ ਪਰੇਵਾ। ਅੱਛਾ, ਜੋ ਬਾਬਾ ਫਰੀਦ ਸਾਹਿਬ, ਇਹ ਕਾਲੇ ਕੱਪੜੇ ਵੀ ਉਸੇ ਕਰਕੇ ਨੇ ਜੀ ਸਾਰੇ? ਇਹ ਕਾਲੇ ਤਾਂ ਸਰਕਾਰ ਨੇ ਫਰਮਾਇਆ ਨਾ, ਕਾਲੇ ਤੇਰੇ ਕੱਪੜੇ ਤੇ ਕਾਲਾ ਮੈਂਡਾ ਵੇਸ ਜੀ, ਗੁਨਾਹੀ ਭਰਿਆ ਤੂੰ ਫਿਰੇ, ਤੈਨੂੰ ਲੋਕ ਕਹਿਣ ਦਰਵੇਸ ਜੀ, ਕਿ ਤੂੰ ਅੱਜ ਸਦਾ ਤੂੰ ਅੱਜ ਦਿਨ ਰਹੋ, ਲੋਕੀ ਤੇਰੀ ਅੱਜ ਦਿਨ ਕਬੂਲ ਕਰੇਗਾ, ਰੱਬ ਦੀ ਜ਼ਾਤ ਕਬੂਲ ਕਰੇਗਾ, ਤਦ ਤੇਰਾ ਨਾਮ ਦੁਨੀਆਂ ਤੇ ਚੱਲੇਗਾ। ਸਾਈ ਜੀ, ਜਦੋਂ ਤੁਸੀਂ ਦੱਸਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਇੱਕੋ ਹੀ ਮੁਲਕ ਦੇ ਦੋ ਬਣ ਗਏ ਜੀ, ਇੱਕੋ ਹੀ ਸੀ ਪਹਿਲਾਂ, ਕੋਈ ਫਰਕ ਨਹੀਂ ਸੀ, ਅੱਜ ਵੀ ਲੋਕਾਂ 'ਚ ਮੈਂ ਮਹਿਸੂਸ ਕਰਦਾ ਕੋਈ ਫਰਕ ਨਹੀਂ, ਇਹ ਸਰਕਾਰਾਂ ਦੀਆਂ ਵੰਡੀਆਂ ਪਾਈਆਂ ਨੇ, ਸਰਕਾਰਾਂ ਨੇ ਕੁਰਸੀਆਂ ਡਾਹਲੀਆਂ ਸਾਡੀਆਂ ਹਿੱਕਾਂ ਦੇ ਉੱਤੇ ਲੋਕਾਂ ਨੂੰ ਵੱਢ ਵਢਾਂਗਾ ਕਰਕੇ। ਮੈਨੂੰ ਦੱਸੋ, ਤੁਹਾਨੂੰ ਤਾਂ ਯਾਦ ਹੋਣੀ ਆ, ਉਦੋਂ 10 ਸਾਲ ਦਾ ਬੱਚੇ ਨੂੰ ਕਾਫ਼ੀ ਯਾਦ ਹੁੰਦਾ। ਮੈਂ ਥੋੜ੍ਹੀ ਜਿਹੀ ਇੱਕ ਅਰਜ਼ ਕਰਾਂ ਜੀ, ਹਜ਼ਰਤ ਬਾਬੇ ਭੁੱਲੇ ਸ਼ਾਹ ਇੱਕ ਸ਼ੇਰ ਲਿਖਿਆ ਜੀ, ਹੈ ਜੀ, ਰਾਮਦਾਸ ਕਿਤੇ ਫਤਿਹ ਮੁਹੰਮਦ, ਰਾਮਦਾਸ ਕਿਤੇ ਫਤਿਹ ਮੁਹੰਮਦ, ਉਹ ਜੱਗ 'ਤੇ ਪੈ ਗਿਆ ਸ਼ੋਰ, ਪਰ ਮਿੱਟ ਗਿਆ ਦੋਵਾਂ ਦਾ ਝਗੜਾ ਅਤੇ ਨਿਕਲ ਗਿਆ ਕੋਈ ਹੋਰ। ਵਾਹ, ਸਹੀ ਗੱਲ ਹੈ ਜੀ ਜੀ, ਰਾਮ ਰਹੀਮ, ਰਾਮਦਾਸ ਰਾਮ ਰਹੀਮ 'ਚ ਕੋਈ ਫਰਕ ਨਹੀਂ, ਆਦਾਹਮਦ 'ਚ ਕੋਈ ਫਰਕ ਨਹੀਂ ਰਹਿ ਗਿਆ, ਸਿਰਫ ਦੁਨੀਆਂ ਨੇ ਪਾ ਲਿਆ ਸਰਦਾਰ ਜੀ, ਦੁਨੀਆਂ ਨੇ ਪਾ ਲਿਆ ਮਿਆਰ। 14ਵੀਂ ਸਦੀ ਉਸੀ ਆਮਾਲ ਨਾਵੇਂ ਹੁਸਨ ਤੋਂ ਉਹਨਾਂ ਦੀ ਮੁਹੱਬਤ ਚਲੀ ਜਾਸੀ, ਤਾਂ ਉਹਨਾਂ ਫਰਮਾਇਆ ਜੀ ਉਹਦੀ ਕੋਈ ਨਿਸ਼ਾਨੀਆਂ ਦਾ ਪਤਾ ਹੋਵੇਗਾ। ਫਰਮਾਇਆ ਇਲਮ ਖੋਸਾਂ ਉਲਮਾਵਾਂ ਕੋਲੋਂ, ਸਬਰ ਖੋਸਾਂ ਫੁਕਰਾਵਾਂ, ਮਾਵਾਂ ਦੇ ਦਿਲ ਮਿਆਰ ਨਾ ਉਸੀ ਅਤੇ ਨਾ ਉਸੀ ਉਬ ਫਰਜ਼ੰਦਾਂ, ਉਹ ਵਿੱਚ ਮੈਂ ਕਸਬੇ ਬਰਕਤ ਸਿਕਸਾਂ, ਪਰ ਸਿਕਸਾਂ ਅਸਰ ਦਵਾਵਾਂ ਅਤੇ ਵਿੱਚ ਹਰਾਮੇ ਏਕਾ ਉਸੀ ਉਹ ਵੀ ਦਾਨ ਸੰਬੰਧਾਂ। ਬਹੁਤ ਅੱਛੇ। ਅੱਛਾ, ਜਦੋਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਹ ਤੁਸੀਂ ਵੇਖਿਆ ਹੋਣਾ ਤੁਹਾਡੀਆਂ ਅੱਖਾਂ ਅੱਗੇ, ਉਹ ਕਦੇ ਉਹ ਫਿਲਮ ਚੱਲਦੀ ਹੈ ਯਾਰ ਵੀ ਬਹੁਤ ਕਹਿਰ ਹੋਇਆ ਸੀ, ਬੜਾ ਮਾੜਾ ਹੋਇਆ ਸੀ, ਕਦੇ ਸੋਚਦੇ? ਕੀ ਬਤਾਉ, ਦੱਸਾਂ ਉਹ ਹਾਲਾਤ ਜਿਹੜੇ ਅਜੇ ਵੀ ਅੱਖਾਂ ਦੇ ਵਿੱਚ ਉਹ ਹੀ ਦਿਖਦੇ ਜੀ, ਅਜੇ ਵੀ ਉਹ ਹੀ ਨਜ਼ਰ ਆਉਂਦੇ ਨੇ। ਇੱਕ ਚੀਜ਼ ਦੇ ਦੇਖੋ, ਇਨਸਾਨ ਜੀ, ਬੰਦਾ ਹੀ ਬੰਦੇ ਦਾ ਦਾਰੂ ਹੈ ਅਤੇ ਬੰਦਾ ਹੀ ਬੰਦੇ ਦਾ ਮਾਰੂ ਹੈ। ਬਿਲਕੁਲ ਦਰੁਸਤ, ਦਰੁਸਤ। ਜਿਹੜੀ ਮੁਹੱਬਤ ਅਤੇ ਪਿਆਰ ਹੈ ਨਾ, ਉਹ ਦਾਰੂ ਹੈ, ਅਤੇ ਜਿਹੜੀ ਨਫ਼ਰਤ ਹੈ ਉਹ ਮਾਰੂ ਹੈ। ਬਹੁਤ ਖੂਬ, ਸੱਚ ਕਿਹਾ ਤੁਸੀਂ, ਜਿਹਦੇ 'ਚ ਨਫ਼ਰਤ ਹੈ ਉਹ ਮਾਰੂ ਹੈ, ਅਤੇ ਜਿਹਦੇ 'ਚ ਪਿਆਰ ਅਤੇ ਮੁਹੱਬਤ ਹੈ ਉਹ ਦਾਰੂ ਹੈ। ਬਿਲਕੁਲ, ਪਿਆਰ ਮੁਹੱਬਤ ਦੇ ਸਹਾਰੇ ਦੁਨੀਆ ਤੁਰੀ ਫਿਰਦੀ ਹੈ, ਅਤੇ ਨਫ਼ਰਤ ਕਰਨ ਵਾਲੇ ਵੀ ਲੋਕਾਂ ਦਾ ਕੋਈ ਘਾਟਾ ਨਹੀਂ ਹੈ। ਸਾਈ ਜੀ, ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਹ ਤੁਹਾਨੂੰ ਉਹ ਸਾਰਾ ਕੁਝ ਯਾਦ ਹੈ, ਕਦੀ ਇਹ ਸੋਚਦੇ ਹੋ ਕਿ ਸਾਡਾ ਮੁਲਕ ਇੱਕ ਹੀ ਹੁੰਦਾ, ਜਾਂ ਭਾਵੇਂ ਹੁਣ ਵੰਡੀਆਂ ਵੀ ਪੈ ਗਈਆਂ ਨੇ, ਤੁਹਾਨੂੰ ਚੜ੍ਹਦੇ ਪੰਜਾਬ ਦੇ ਲੋਕ ਵੀ ਉਨੀ ਹੀ ਮੁਹੱਬਤ ਕਰਦੇ ਆ, ਕਦੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਗਾ ਕੇ ਗਾਉਣ ਦਾ ਮੌਕਾ ਮਿਲਿਆ ਜੀ, ਜਾਣ ਦਾ ਮੌਕਾ ਮਿਲਿਆ? ਦੇਖੋ, ਮੇਰੇ 70 ਵੀਜ਼ਾ ਇੰਡੀਆ ਇੰਡੀਆ। ਵਾਹ, ਅੱਛਾ, ਹਾਂਜੀ ਜੀ, ਕਿੰਨੀ ਮੁਹੱਬਤ ਮਿਲਦੀ ਹੈ ਜੀ ਉੱਥੇ, ਕਿੰਨੀ ਮੁਹੱਬਤ ਮਿਲਦੀ ਹੈ ਜੀ ਉੱਥੇ, ਅਤੇ ਸਰਦਾਰ ਮੈਨੂੰ ਇੰਨੀ ਮੁਹੱਬਤ ਦਿੰਦੇ ਨੇ ਕਿ ਮੈਂ ਜੇ ਸਰਦਾਰ ਗੱਲ ਕਰਾਂ ਤਾਂ ਝੂਠ ਵਾਲੀ ਗੱਲ ਹੈ ਕਿ ਸਰਦਾਰਾਂ ਨੂੰ ਹੁੱਕਾ ਜਾਂ ਤੰਬਾਕੂ ਇਹ ਬੁਰਾ ਹੈ ਜੀ। ਬਿਲਕੁਲ ਹੈ ਜੀ ਜੀ, ਇਹ ਬੁਰਾ ਹੈ ਨਾ ਜੀ ਜੀ, ਖੁਦਾ ਤੇ ਯਕੀਨ ਕੀਤਾ ਹੀ ਕਿ ਲੋਕ ਸਰਦਾਰ ਐਸੇ ਮਾਨੀ ਹਨ, ਬਾਬਾ ਦਾ, ਗੁਰੂ ਦੇ, ਹਜ਼ਰਤ ਬਾਬਾ ਫਰੀਦ ਦੇ, ਬੁੱਲੇ ਸ਼ਾਹ ਦੇ, ਅਤੇ ਜਿਸ ਵਕਤ ਮੈਂ ਕੋ ਕਦੇ ਸਿਗਰਟ ਪੀਵੀਂ ਦੀ ਸੀ ਨਾ, ਤਾਂ ਉਹ ਮੇਰੇ ਕੋਲ ਲੈਂਦੇ ਸੀ, ਤਾਂ ਅਸੀਂ ਪ੍ਰਸ਼ਾਦ ਸਮਝਦੇ ਹਾਂ। ਤਾਂ ਮੁਹੱਬਤ ਇਹ ਪਿਆਰ ਹੈ, ਇੱਜ਼ਤ ਹੈ, ਇੱਜ਼ਤ ਇੱਜ਼ਤ ਮਨ ਸ਼ਾਹ ਵਾ ਜ਼ਿਲਤ ਮਨ ਸ਼ਾਹ, ਕਿ ਇੱਜ਼ਤ ਅਤੇ ਜ਼ਿਲਤ ਉਹ ਦੇਣੇ ਵਾਲਾ ਹੈ ਜਿਸ ਕੋ ਉਹ ਗਫੂਰ ਔਰ ਰਹੀਮ ਦੇਵੇ। ਹੁਣ ਇਹ ਇਕੱਲਾ ਹੈ ਜਿਸ ਨੇ ਸਾਰੀ ਦੁਨੀਆ ਕਾਇਨਾਤ ਪੈਦਾ ਕੀਤੀ। ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ। ਉਹ ਮੈਨੂੰ ਸਾਈਂ ਬਾਬਾ ਬੜਾ ਅੱਛਾ ਲੱਗਦਾ ਹੈ ਜੀ, ਹਾਂਜੀ
ਇੰਡੀਆ ਦੇ ਹੈਗੇ ਜੀ ਹੈਗੇ ਜੀ ਹੈ ਜੀ ਉਹ ਸ਼੍ਰੀਨੀ ਆਲਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਅੱਛਾ ਜੀ ਕਿ ਇੱਕ ਦਾ ਨਾਮ ਲੈਂਦਾ ਸਭ ਨੂੰ ਹਰ ਦੇ ਵੇਖੋ ਹਰ ਦੇ ਰੂਪ ਚੱਲ ਸਕਦਾ ਹੈ ਹਰ ਦਾ ਰੂਪ ਉਸਦੇ ਕੋਲ ਹੈ ਹਰ ਦੇ ਰੂਪ ਵਿੱਚ ਆ ਜਾਂਦਾ ਲੋਕਾਂ ਨੂੰ ਸਿਰਫ ਇਮਾਨ ਦੱਸਣ ਵਾਸਤੇ ਲੋਕਾਂ ਨੂੰ ਸਿਖਾਵਣ ਵਾਸਤੇ ਮੁਹੱਬਤ ਕਰਨ ਵਾਸਤੇ ਪਿਆਰ ਕਰਾਵਣ ਵਾਸਤੇ ਤੇ ਜਿੱਥੇ ਪਿਆਰ ਹੈ ਉੱਥੇ ਹੋਰ ਕਾਇਸ਼ ਹੈ ਨਹੀਂ ਦੁਨੀਆਂ ਤੇ ਬਿਲਕੁਲ ਪਿਆਰ ਦੇ ਅੱਗੇ ਸਭ ਕੁਛ ਛੋਟਾ ਹੋ ਜਾਂਦਾ ਸਭ ਕੁਛ ਪਿਆਰ ਦੇ ਪਿੱਛੇ ਮੇਰੇ ਹੁਣ ਇੰਡੀਆ ਦੇ ਤੇਰੇ ਇੱਥੇ ਕੈਨੇਡਾ ਦੇ ਕਈ ਪਰਿਵਾਰ ਹਨ ਬਣੇ ਜੀ ਜੀ ਹਾਂਜੀ ਸਿੱਖਣੀਆਂ ਵੀ ਹਨ ਅਜੀਤ ਕੌਰ ਤੇਰੀ ਦਿੱਲੀ ਦੀ ਮੇਰੀ ਭੈਣ ਬਣੀ ਹੋਈ ਅੱਛਾ ਜੀ ਇੱਥੇ ਲੱਖੀ ਅੱਛਾ ਜੀ ਉਹ ਬੇਟੀਆਂ ਨੇ ਮੇਰੀਆਂ ਬਣੀਆਂ ਹੋਈਆਂ ਇੱਥੇ ਹੋਟਲ ਵਾਲੀ ਉਹ ਭੈਣ ਬਣੀ ਮੇਰੇ ਬੜਾ ਇੱਥੇ ਕੈਨੇਡਾ ਦੇ 'ਚ ਬਹੁਤ ਪਰਿਵਾਰ ਬਣ ਗਿਆ ਜੋ ਜ਼ਬਾਨ ਦਾ ਕੌਲ ਕੀਤਾ ਹੋਇਆ ਉਹ ਕਦੇ ਭੁੱਲਦਾ ਨਹੀਂ ਸਕਿਆ ਨਾਲੋਂ ਉਹ ਜ਼ਿਆਦਾ ਪਿਆਰੇ ਲੱਗਦੇ ਨੇ ਕਿ ਸਿਰਫ ਮੁਹੱਬਤ ਔਰ ਪਿਆਰ ਵਾਸਤੇ ਜੀ ਜੀ ਸਾਈਂ ਜੀ ਸਮਾਂ ਫਿਰ ਬ੍ਰੇਕ ਦਾ ਅਸੀਂ ਵਾਪਸ ਆਉਂਦੇ ਹਾਂ ਅਤੇ ਬ੍ਰੇਕ ਦੇ ਉਸ ਪਾਰ ਕੁਝ ਫਟਾਫਟ ਸਵਾਲ ਸਾਈਂ ਜੀ ਅੱਗੇ ਹੋਣਗੇ ਅਤੇ ਸਵਾਲ ਵੀ ਛੋਟੇ ਅਤੇ ਜਵਾਬ ਵੀ ਛੋਟੇ ਹੋਣਗੇ ਅਤੇ ਫਰਾਟੇ ਦਾ ਹਰ ਸਵਾਲ ਦਾ ਜਵਾਬ ਸਾਈਂ ਜੀ ਸਿਰਫ ਇੱਕ ਦੇਣਗੇ ਦੋਸਤੋ ਚੱਲਦੇ ਚੱਲਦੇ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਵੱਲ ਵੱਧ ਰਹੇ ਹਾਂ ਸਾਈਂ ਜ਼ਹੂਰ ਆ ਸਾਡੇ ਮਹਿਮਾਨ ਨੇ ਆਓ ਕੁਝ ਫਟਾਫਟ ਸਵਾਲ ਸਾਈਂ ਜੀ ਦੇ ਨਾਲ ਕਰਦੇ ਹਾਂ ਸਾਈਂ ਜੀ ਬਹੁਤ ਸਾਰੇ ਲੋਕ ਦੁਨੀਆ 'ਚ ਗਾਉਂਦੇ ਹੈ ਪਰ ਜੇ ਸਾਈਂ ਜੀ ਨੂੰ ਕਿਹਾ ਜਾਵੇ ਕਿ ਸਾਈਂ ਜੀ ਤੁਸੀਂ ਸਿਰਫ ਇੱਕ ਕਿਸੇ ਫਨਕਾਰ ਨੂੰ ਸੁਣਨਾ ਉਹ ਕੌਣ ਹੋਣਗੇ ਕਿਹਨਾਂ ਨੂੰ ਸੁਣੋਗੇ ਤੁਸੀਂ ਇੱਕ ਫਨਕਾਰ ਕੋਈ ਵੀ ਹੈ ਜੀ ਮੇਰੇ ਵਾਸਤੇ ਸਭ ਫਨਕਾਰ ਹਨ ਸਭ ਫਨਕਾਰ ਨੇ ਪਰ ਸੁਣਨਾ ਇੱਕ ਸ਼ਰਤ ਇਹ ਹੈ ਕਿ ਇੱਕ ਹੀ ਸੁਣਿਆ ਜਾ ਸਕਦਾ ਕਿਹਨੂੰ ਸੁਣੋ ਵੇਖੋ ਇੱਕ ਜਿੰਨਾ ਕੁ ਵੀ ਇਹਨੇ ਇਨਸਾਨ ਦਾ ਆਪੋ ਆਪਦਾ ਕੀਤਾ ਜੋ ਵਲੀ ਦੀ ਤਾਰੀਫ ਕਰਦਾ ਹੈ ਮੇਰੇ ਵਾਸਤੇ ਸਭ ਤੋਂ ਵੱਡਾ ਉਹ ਕੌਣ ਹੋ ਸਕਦਾ ਜੀ ਹਾਂ ਕੌਣ ਹੋਏਗਾ ਜੀ ਉਹ ਵੇਖੋ ਕੀ ਸਰਦਾਰ ਜਿਹਨੇ ਤੁੰਬਾ ਪੜਿਆ ਹੈ ਗੁਰਦਾਸ ਮਾਨ ਨੇ ਵਾਹ ਅੱਛਾ ਜੀ ਅੱਛਾ ਹਾਂਜੀ ਅੱਛਾ ਉਸਨੇ ਬੋਲਿਆ ਬੜਾ ਅੱਛਾ ਪਿਆਰਾ ਦਿਲ ਨੂੰ ਲੱਗਦਾ ਬਹੁਤ ਚੰਗਾ ਲੱਗਦਾ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਆਪਦਾ ਪ੍ਰਵੀਨ ਹੈ ਹਾਂ ਬਹੁਤ ਕਮਾਲ ਬਹੁਤ ਬਹੁਤ ਚੰਗੀ ਆਵਾਜ਼ ਬਹੁਤ ਅੱਛੀ ਅੱਛਾ ਹੁਣ ਅਗਲਾ ਸਵਾਲ ਇਹ ਹੈ ਕਿ ਬਹੁਤ ਸਾਰੇ ਗੀਤ ਤੁਸੀਂ ਗਾ ਲਏ ਨੇ ਬਹੁਤ ਸਾਰੇ ਕਲਾਮ ਤੁਸੀਂ ਗਾ ਲਏ ਆ ਤੁਹਾਨੂੰ ਦੁਨੀਆ ਦੀ ਵੱਡੀ ਤੋਂ ਵੱਡੀ ਸਟੇਜ ਆਹ ਵੀ ਹੁਣ ਤੁਹਾਨੂੰ ਦੁਨੀਆ ਭਰ 'ਚ ਵੇਖਿਆ ਜਾ ਰਿਹਾ ਤੁਹਾਨੂੰ ਕਿਹਾ ਜਾਵੇ ਕਿ ਸਾਈਂ ਜੀ ਸਿਰਫ ਇੱਕ ਗੀਤ ਦਾ ਮੌਕਾ ਹੈ ਇੱਕੋ ਹੀ ਗੀਤ ਗਾਉਣਾ ਅੱਛਾ ਕਿਹੜਾ ਸੁਣਾਓਗੇ ਮੈਂ ਜੀ ਅੱਲਾ ਦੇ ਨਾਮ ਤੋਂ ਸ਼ੁਰੂਆਤ ਕਰਾਂਗਾ ਜੀ ਕਿ ਜਿਹੜਾ ਹਰ ਨੂੰ ਪੈਦਾ ਕੀਤਾ ਜਿਸ ਨੇ ਜੀ ਕਿਉਂ ਮੰਜ਼ਲ ਇਸ਼ਕ ਦੀ ਔਖੀ ਹੈ ਬਹੁਤ ਅੱਛਾ ਆਹ
ਬਹੁਤ ਕਮਾਲ, ਬਹੁਤ ਖੂਬ। ਸਾਈਂ ਜੀ, ਹੁਣ ਸਾਹੀਵਾਲ, ਮਿੰਟ ਗੁਮਰੀ ਅਤੇ ਲਾਹੌਰ, ਦੋਵਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਹੋਵੇ ਤੁਹਾਡੇ ਵਾਸਤੇ, ਦੋਨਾਂ ਦੇ ਵਿੱਚੋਂ ਕਿਹੜੀ ਥਾਂ ਪਿਆਰੀ ਹੈ? ਦੇਖ ਜੀ, ਧਰਤੀ ਮਾਂ ਇੱਕ ਹੀ ਹੈ ਜੀ। ਹੁਣ ਮੈਂ ਕਿਹੜੀ ਮਾਂ ਨੂੰ ਆਖਾਂ ਉਹ ਅੱਛੀ ਅਤੇ ਉਹ ਅੱਛੀ ਨਹੀਂ, ਦੋਨੋਂ ਧਰਤੀ ਮਾਂ ਇੱਕ ਹੀ ਹੈ। ਮੇਰੇ ਵਾਸਤੇ ਸੋਨਾ ਹੈ ਉਹ, ਦੋਨੋਂ ਜਿਹੜੀ ਜਗ੍ਹਾ ਵੀ ਹੈ। ਅੱਛਾ, ਧਰਤੀ ਮਾਂ ਹੈ ਉਹ ਮੇਰੇ ਵਾਸਤੇ ਮਾਂ ਹੀ ਦਾ ਰੂਪ ਹੈ। ਸਾਈਂ ਜੀ, ਜਿਹੜੇ ਬੱਚੇ ਹੁਣ ਤਾਂ ਤੁਹਾਡੀ ਉਮਰ ਦੇ ਹੋਣਗੇ, ਤੁਹਾਡੇ ਨਾਲ ਖੇਡਦੇ ਰਹੇ ਜੀ, ਉਹਨਾਂ ਨੂੰ ਕਦੇ ਪਤਾ ਨਹੀਂ ਹੋਣਾ ਕਿ ਸਾਈਂ ਅਹਿਮਦ ਵੱਡਾ ਹੋ ਕੇ ਬਹੁਤ ਵੱਡਾ ਫਨਕਾਰ ਬਣ ਜਾਏਗਾ, ਸਾਈਂ ਜ਼ਹੂਰ ਦੇ ਨਾਲ ਦੁਨੀਆਂ 'ਚ ਬੱਲੇ ਬੱਲੇ ਹੋ ਜਾਏਗੀ। ਉਹ ਜੇ ਕਦੇ ਮਿਲਦੇ ਹੈ, ਉਹਨਾਂ ਨਾਲ ਭਾਈਚਾਰਾ, ਮਿੱਤਰਚਾਰਾ ਹੈ ਜਾਂ ਨਹੀਂ, ਵੀ ਹੁਣ ਤਾਂ ਮੈਂ ਵੱਡਾ ਹੋ ਗਿਆ? ਦੇਖੋ ਜੀ, ਪਹਿਲੇ ਤਾਂ ਮੇਰਾ ਕਬੀਲਾ ਸੀ ਨਾ। ਅੱਛਾ ਜੀ, ਜਿਸ ਵਕਤ ਮੁਰਸ਼ਿਦ ਨੇ ਰੰਗਿਆ ਸੀ ਨਾ ਅਤੇ ਦਰਬਾਰਾਂ ਉੱਤੇ ਨੱਚਦਾ ਸੀ ਅਤੇ ਲੋਕ ਕਹਿੰਦੇ ਸੀ ਕਿ ਕੰਜਰ ਹੋ ਗਿਆ। ਅੱਛਾ, ਉਹ ਕਬੀਲੇ ਵਾਲੇ ਲੋਕ? ਕਬੀਲੇ ਵਾਲੇ ਲੋਕ। ਹੁਣ ਕੀ ਕਹਿੰਦੇ ਆ ਉਹ? ਅਤੇ ਹੁਣ ਉਹ ਹੀ ਕਬੀਲੇ ਵਾਲੇ ਲੋਕ ਜਿਨ੍ਹਾਂ ਦਾ ਮੈਂ ਸਰਦਾਰ ਬਣਿਆ ਹੋਇਆ, ਹੁਣ ਕਹਿੰਦੇ ਇਹ ਸਾਡਾ, ਇਹ ਸਾਡਾ ਹੈ।
ਅੱਛਾ ਕਿੰਨਾ ਕੁ ਚੰਗਾ ਲੱਗਦਾ ਫਿਰ? ਤੇ ਮੇਰੇ ਵਾਸਤੇ ਵੇਖ ਇੱਕੋ ਫਰਮਾਇਆ ਹੈ ਕਿ ਮਰ ਵੇ ਖਸਮਾ ਮਰ, ਨਫਸ ਨੂੰ ਮਾਰਨਾ, ਮਰ ਵੇ ਖਸਮਾ ਮਰ, ਉਹ ਨਾ ਖਸਮ ਮਰੇ ਤੇ ਨਵਸੇ ਹੀ ਘਰ, ਜਿਉਂਦਿਆਂ ਖਸਮ ਨਾ ਮਿਲਿਆ ਡੋਈ ਤੇ ਖਸਮ ਮਾਰ ਸੁਹਾਗਣ ਹੋਈ। ਸਰਦਾਰ ਜੀ ਮੈਂ ਮਰ ਜਾਵੇ ਨਾ ਤਾਂ ਸਭ ਕੁਛ ਮਿਲ ਜਾਂਦਾ ਹੈ। ਇਹ ਮਾਰਨੀ ਬਹੁਤ ਔਖੀ ਹੈ ਪਰ ਇਹ ਮਾਰਨੀ ਬੜੀ ਔਖੀ ਹੈ ਜੀ। ਬਸ ਇਹ ਮੰਜ਼ਲ ਹੈ ਜੀ। ਇਹ ਗੁਰੂ ਸੀ ਜੀ ਤੇ ਸਰਕਾਰ ਗਿਆ ਚਲਾ ਸੀ ਮਦੀਨੇ ਜੀ, ਜਿਸ ਵਕਤ ਮਦੀਨੇ ਗਿਆ ਚਲਾ ਨਾ ਤੇ ਉੱਥੇ ਜਾ ਕੇ ਪੈ ਰਹੇ ਤੇ ਸਾਡੇ ਮੁੱਲਾਂ ਪਾਰਟੀ ਜਿਵੇਂ ਇੱਕ ਮਜ਼ਬਾਂ ਦੇ ਚਾਪ ਜੀ ਬਿਲਕੁਲ ਮੁੱਲਾਂ ਭਾਈ ਸਭ ਇੱਕ ਐਵੇਂ ਤਰ੍ਹਾਂ ਜਿਵੇਂ ਉਹ ਜਾ ਕੇ ਪੈ ਰਹੇ ਤੇ ਉਹਨਾਂ ਕਿ ਵੇਖਿਆ ਉਹਨਾਂ ਕੀਤਾ ਬਾਬਾ ਇਹਦੀਆਂ ਤੇ ਨਿਸ਼ਾਨੀਆਂ ਮੱਥੇ ਤੇ ਲੱਗੀਆਂ ਹੋਈਆਂ ਤੇ ਗਲ 'ਚ ਮਾਲਾਂ ਪਾਈਆਂ ਹੋਈਆਂ ਨੇ, ਉਹ ਸਾਡੇ ਕਾਬੇ ਨੇ ਲੱਤਾਂ ਕੀਤੀ ਪਿਆ। ਉਹਨਾਂ ਆ ਕੇ ਬਾਬਾ ਇਹਦੇ ਸਾਡਾ ਕਾਬਾ ਹੀ, ਇਹਦੇ ਸਜਦਾ ਨਾ ਅਸੀਂ ਸਜਦਾ ਕਰਨਾ ਹੈ, ਇਹਦੇ ਤੁਸੀਂ ਲੱਤਾਂ ਨਾ ਕਰੋ। ਅਤੇ ਗੁਰੂ ਸਰਕਾਰ ਨੇ ਫਰਮਾਇਆ, ਗੁਰੂ ਨਾਨਕ ਨੇ ਕਿ ਬੇਟਾ ਤੁਸੀਂ ਇੰਝ ਕਰੋ ਜਿਹੜੇ ਪਾਸੇ ਤੁਹਾਡਾ ਕਾਬਾ ਨਹੀਂ ਹੈ ਨਾ, ਮੈਂ ਗੁੱਡਾ ਬੰਦਾ ਅਤੇ ਮੇਰੀ ਲੱਤਾਂ ਪਕੜ ਕੇ ਉਸ ਪਾਸੇ ਕਰੋ ਚਾਹੇ ਜਿਹਦੇ ਤੁਹਾਡਾ ਕਾਬਾ ਨਹੀਂ। ਉਹਨਾਂ ਫੜੀਆਂ ਲੱਤਾਂ ਜਿਹੜੇ ਪਾਸੇ ਫੇਰੇ ਨਾ ਉਹਨਾਂ ਨੂੰ ਅੱਗੇ ਕਾਬਾ ਨਜ਼ਰ ਆਵੇ ਜੀ। ਉਹਨਾਂ ਕੀਤਾ ਵੀ ਇਹਦੇ 'ਚ ਤਾਂ ਕੋਈ ਰਾਸ ਆਏ। ਪੁੱਛਿਆ ਕਿ ਬਾਬਾ ਜੀ ਸਾਨੂੰ ਇੱਕ ਦੱਸੋ ਆਪਦਾ ਨਾਂ ਕੀ ਹੈ? ਆਖਿਆ ਬੇਟਾ ਕਿਉਂ ਪੁੱਛਣਾ ਹੈ? ਆਖਿਆ ਦੱਸਣਾ ਪਏਗਾ ਜੀ, ਸਾਨੂੰ ਤਾਂ ਜੇ ਇਸ ਪਾਸੇ ਫੇਰਨੇ ਆਏ ਉਹਦੇ ਕਾਬਾ ਨਜ਼ਰ ਆਉਂਦਾ, ਕੀ ਗੱਲ ਵਿਚਲੀ ਗੱਲ ਕੀ ਜੀ? ਆਖਿਆ ਦੱਸਾਂ, ਆਖਿਆ ਵੇਰਵੇ ਨਾਲ, ਆਖਿਆ ਹਾਂ। ਆਖਿਆ ਬੇਟਾ ਕਲਮਾ ਕਹਾਂ ਤਾਂ ਕੱਲ ਪਵੇ, ਕਿਸ਼ੋਰ ਪਾਉਂਦਾ ਹੈ, ਕਲਮਾ ਕਹਾਂ ਤਾਂ ਕੱਲ ਪਵੇ, ਔਰ ਬਿਨ ਕਲਮੇ ਵੀ ਨਾ ਕਲਮਾ ਵੀ ਪੜ੍ਹਨਾ, ਹਿੰਦੂ ਕਹਾਂ ਤਾਂ ਮਾਰਿਆ, ਹਿੰਦੂ ਕਹਾਂ ਤਾਂ ਤੁਸੀਂ ਮਾਰਦੇ ਨੇ ਜੀ ਜੀ, ਤੇ ਜੇ ਉਹਦੇ ਆਖਾਂ ਮੈਂ ਮੁਸਲਮਾਨ ਹਾਂ ਤੇ ਉਹ ਵੀ ਆਖਾਂ ਨਾ। ਉਹਨੇ ਕੀਤਾ ਹਿੰਦੂ ਕਹਾਂ ਤਾਂ ਮਾਰਿਆ ਪਰ ਮੁਸਲਮਾਨ ਵੀ ਨਾ। ਓ ਬੇਟਾ ਪੰਜ ਤੱਤ ਕਾ ਪੁਤਲਾ ਤੇ ਗੁਰੂ ਨਾਨਕ ਮੇਰਾ ਨਾ। ਵਾਹ ਕੀ ਬਾਤ ਹੈ ਬੇਟਾ, ਬਹੁਤ ਅੱਛੇ। ਬਾਤ ਤਾਂ ਅੰਦਰ ਦੀ ਹੈ, ਮੈਂ ਮਾਰਨ ਦੀ ਲੋੜ ਹੈ ਮਾਰਨੀ। ਸਾਈਂ ਜੀ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸਮਾਂ ਸਮਾਪਤ ਹੋ ਗਿਆ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੁਨੀਆ ਦੇ ਲਗਭਗ ਹਰ ਮੁਲਕ 'ਚ ਬੈਠੇ ਵੇਖ ਰਹੇ ਨੇ, ਭਾਵੇਂ ਤੁਹਾਡਾ ਪਾਕਿਸਤਾਨ ਹੀ ਕਿਉਂ ਨਾ ਹੋਵੇ, ਉਹਨਾਂ ਨੂੰ ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ? ਆਪਣੇ ਕੋਲ ਅੱਧਾ ਕੁ ਮਿੰਟ ਹੈ ਜੀ। ਉਹਨਾਂ ਬੁਲਾਏ ਮੈਂ ਇੱਕ ਅਰਜ਼ੂ ਹੀ ਕਰਾਂ ਜੀ, ਬਿੰਤੀ ਆਖ ਦਿਨ ਜੀ ਜੀ, ਦੁਆ ਵੀ ਆਖ ਦਿਨ ਸਭ ਕੇ ਲਈ, ਜੋ ਮੇਰੇ ਚਾਹਵਾਂ ਵਾਲੇ ਜਾਂ ਮੇਰੀਆਂ ਬੱਚੀਆਂ ਭੈਣਾਂ ਬਾਈ ਜੋ ਵੀ ਵੇਖ ਰਹੇ ਜੀ, ਉਹਨਾਂ ਲਈ ਇੱਕ ਦੁਆ ਕਰਨਾ ਕਿ ਮੌਲਾ ਉਹਨਾਂ ਨੂੰ ਸਭ ਦਾ ਭਲਾ ਕਰੇ, ਸਭ ਦੀ ਖੈਰ ਕਰੇ ਜੀ, ਸਭ ਦੀਆਂ ਬੱਚੀਆਂ 'ਤੇ ਰਹਿਮ ਕਰੇ, ਸਭ ਦੇ ਕੁੱਲ ਦੇ ਬੱਚਿਆਂ 'ਤੇ ਰਹਿਮ ਕਰੇ, ਅੱਲਾ ਉਹਨਾਂ ਨੂੰ ਜ਼ਾਲਮ ਅਤੇ ਜ਼ੁਲਮ ਤੋਂ ਬਚਾਈ ਰੱਖੇ। ਮੇਰੀ ਇੱਕ ਇਹ ਦੁਆ ਹੈ ਕਿ ਅੱਲਾ ਜ਼ਾਲਮ ਅਤੇ ਜ਼ੁਲਮ ਤੋਂ ਬਚਾਈ ਰੱਖੇ ਅਤੇ ਅੱਲਾ ਉਹਨਾਂ ਨੂੰ ਪਿਆਰ ਕਰਨ ਦੀ ਤੌਫੀਕ ਦੇਵੇ। ਬਸ ਇਹ ਮੇਰਾ ਇੱਕ ਪੈਗਾਮ ਹੈ, ਜੇ ਪਿਆਰ ਹੈ ਤਾਂ ਦੁਨੀਆ ਇਕੱਠੀ ਹੋਵੇਗੀ, ਜੇ ਪਿਆਰ ਨਹੀਂ ਤਾਂ ਦੁਨੀਆ ਵਿਛੜੇਗੀ। ਬਹੁਤ ਅੱਛਾ, ਬਸ ਮੇਰੀ ਇਹ ਪਿਆਰ ਦੀ। ਸ਼ਰਾਫਤ ਜੀ ਅਤੇ ਸਾਈਂ ਜੀ ਗੱਲਾਂ ਬਾਤਾਂ ਕਰਦਿਆਂ ਸਾਡੇ ਚੈਨਲ ਨੂੰ ਸਮਾਂ ਦੇਣ ਵਾਸਤੇ ਤੁਹਾਡਾ ਅਸੀਂ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਸਾਈਂ ਜ਼ਹੂਰ, ਜਿਨ੍ਹਾਂ ਦੇ ਨਾਲ ਗੱਲਾਂ ਬਾਤਾਂ ਬਹੁਤ ਕਮਾਲ ਦੀਆਂ ਹੋਈਆਂ ਨੇ ਅਤੇ ਉਹਨਾਂ ਨੇ ਆਪ ਮੁਹਾਰੇ ਆਪਣੇ ਰੰਗ ਵਿੱਚ ਗੱਲਾਂ ਕੀਤੀਆਂ ਨੇ। ਉਮੀਦ ਨੇ ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਅੱਜ ਦੇ ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।